बिस्मिल्लाहिर्रहमानिर्रहीम, अस्सलाम वालेकुम। सरकार का नाम अल्लाह पाक रखे या पाक रखे। चैनल सब्सक्राइब नहीं किया इन कर लियो ताकि हर वीडियो बरवक्त नहीं मिल सके। अच्छा जी, सारे काम में बैठे हैं, बहुत ज़्यादा थक चुकी हूँ और लेके जा रही हूँ हॉस्पिटल रोटी, और आपकी कह रहे भी आ रही है, बच्चे भी आ रहे हैं। अली गए जी चिकन लिया था, तो मैं पेश रखे आ रहा वह प्याज कर रहे थे मम्मी जी ने इतना मज़ेदार लगे से साल, लेकिन साढ़े जिम्मे मतलब हूँ वा शोर वा पसंद करते हैं। कह रहे थे भाजी सूखा ना बना लो, मैं कह रहा ठीक है सूखा नहीं बनाओगे इतना सूखा नहीं पाओगे, उम्मीद बना लोगे लसन अली। थोड़ा उच्ची बोलिया कर, उच्ची बोलिया कर, मिण मिण करती रही। टमाटर छिल के काट लिए, आलू बिच पाने, प्याज धोक रखे आ, ते मिर्चां जिहड़ियां विच उहदियां खराब निकलियां गर्मी केड़ा थोड़ी पैंदी पई, भिंडियां लग लग के पक जांदियां तो खोंदी नहीं, बीयां विच ते प्रोटीन हुंदे ने, ओ प्रोटीन आखे वाइटामिन। आलू चिकन करना वा, फिर प्याज होगे बिच आलू पाने, प्याज पसंद कीड़े बाजी ने वेली पड़ दी, गर्मी बहुत ज्यादा वा, गर्मी केड़ा थोड़ी, मिर्चा नहीं लगन दी, मिर्चा अज मैं शहरों लैके आऊंगी, और अगर जेड़े बूटे फूल के मैं तो बस जी ने धो लिया से है नहीं मैं हाथ धो लवी मैं फिर। अच्छा जिदा तुम कौन करते कर लें करके ना हाथ धो लेंगे, अल्लाह पाक हिफाजत करता हूँ सारिया की। मिर्चा तो लसन कुटूंगी, तो आलू कट के रख लं, तो प्याज कट लं, थोड़ा फट कुछ धोता वा, हांडी अखा धुप चढ़न गई है, बुढ़ा लसन हो गया जो तुम कल छिल के रखा से ना, फिर अम्मी जी हम चले गए। रोटी घर पका लो ना, आटा भी पका रहे पका रहे। चलो तुम बैठे जाके मैं अच्छा जी चूल्हा जाल लिया, कढ़ाई ऊपर रख लिया और ऑयल पा लिया, ऑयल थोड़ा ज़्यादा पाया क्योंकि चिकन पहले फ्राई करना हो तो फिर अली खाते नहीं है, इस तरह ना फ्राई कर लिया ना ज़्यादा मज़ेदार बनता वा। देखो चिकन ने किन्ना पानी छोड़िया, जो बड़े मुड़के होंगे ना फिर जो भुनी का ना पानी छोड़ी जाते, इस तरह फ्राई कर लिए फिर नहीं छोड़ते, अच्छी तरह यह कलर चेंज करा जो मतलब पानी होंगे चिकन दे बड़े मुड़के हो थोड़ा खून वगैरह हड्डी के हों सारा इस तरह फिर हो जाता वा। अच्छी तरह कलर चेंज हो गया चिकन का, हम मैं निकाला बाहर, मिक्स करके प्याज पाते हैं,
ਮੈਂ ਹੁਣ ਥੋੜ੍ਹੀ ਦੇਰ ਨਾਲ ਆਟਾ ਛਾਣ ਲਿਆ ਵਾਂ ਉੱਧਰੋਂ, ਆਟਾ ਵੀ ਗੁੰਨਣਾ ਨਾਲ ਨਾਲ, ਪਿਆਜ਼ ਅਸੀਂ ਹਲਕੇ ਫਰਾਈ ਕਰਾਂਗੇ, ਬਾਕੀ ਹਰ ਚੀਜ਼ ਇਸੇ ਤੋਂ ਮੈਂ ਪਹਿਲੇ ਤਿਆਰ ਕਰਕੇ ਰੱਖੀ ਆ ਕਿਉਂਕਿ ਆਟਾ ਗੁੰਨਣਾ ਨਾਲ, ਆਟਾ ਛਾਣ ਕੇ ਆਟਾ ਗੁੰਨਦੀ ਹਾਂ। ਪਿਆਜ਼ ਹਲਕੇ ਫਰਾਈ ਹੋ ਗਿਆ, ਆਟਾ ਮਤਲਬ ਛਾਣ ਲਿਆ, ਹਰੀ ਮਿਰਚ ਔਰ ਲਸਣ ਦਾ ਪੇਸਟ ਪਾਵਾਂ ਔਰ ਨਾਲ ਹੀ ਪਾਦਾਂ ਟਮਾਟਰ, ਇਸੇ ਵੀ ਲਗਾਵਾਂਗੇ ਪਾਣੀ ਦਾ ਛਿੱਟਾ, ਮਿਕਸ ਕਰਾਂਗੇ ਅਤੇ ਟਮਾਟਰ ਨਰਮ ਹੋਣ ਦੇਵਾਂਗੇ ਔਰ ਮੈਂ ਹੁਣ ਨਾਲ ਨਾਲ ਗੁੰਨਣਾ ਆਟਾ। ਅਤੇ ਉੱਧਰੋਂ ਮੈਂ ਲੈ ਕੇ ਆਈ ਹਾਂ ਕਸੂਰੀ ਮੇਥੀ ਵਾਲਾ ਡੱਬਾ, ਘਰ ਦੀ ਕਸੂਰੀ ਮੇਥੀ ਆ ਜਿਹੜਾ ਪਤਾ ਪਤਾ ਤੋੜ ਕੇ ਰੱਖਿਆ ਹੋਇਆ, ਅੱਛੀ ਤਰ੍ਹਾਂ ਨਰਮ ਕਰਾਂਗੇ ਅਤੇ ਦੇਣਾ ਢੱਕਣ। ਮੈਂ ਆਟਾ ਇਸ ਲੇਪ 'ਤੇ ਗੁੰਨਦੀ ਹੁੰਦੀ ਹਾਂ, ਮੈਂ ਪਾਣੀ ਭਰ ਲਾ ਨਾਲ ਨਾਲ ਔਰ ਉੱਧਰ ਮੈਂ ਢੱਕਣ ਦਿੱਤਾ ਹਾਂਡੀ ਦੇ ਉੱਤੇ, ਪੱਕਦੀ ਰਹੇ ਹਾਂਡੀ, ਜੱਗ ਭਰਨਾ ਔਰ ਨਾਲ ਨਾਲ ਆਟਾ ਗੁੰਨਣਾ। ਆਟਾ ਗੁੰਨ ਲਿਆ ਵਾ, ਸਭ ਤੋਂ ਪਹਿਲੇ ਤੁਸੀਂ ਚੈੱਕ ਕਰੀਏ ਹਾਂਡੀ, ਚੁੱਲ੍ਹਾ ਮੈਂ ਬਿਲਕੁਲ ਮੱਠਾ ਕਰ ਗਈ ਸੀ, ਇਹ ਤਾਂ ਉੱਪਰ ਲੈਣਾ ਇਹ ਕਸਾਉਣਾ ਵਾ। ਟਮਾਟਰ ਅੱਛੀ ਤਰ੍ਹਾਂ ਨਰਮ ਹੋ ਕੇ ਪਾਊਡਰ ਮਸਾਲੇ ਪਾਉਂਦੇ ਹਾਂ, ਉਸ ਤੋਂ ਪਹਿਲੇ ਆਟਾ ਗੁੰਨ ਲਿਆ ਵਾ, ਇੱਥੇ ਹੁਣ ਪੋਣਾ ਪਾ ਦਈਏ, ਕਸੂਰੀ ਮੇਥੀ, ਮੈਨੂੰ ਕਸੂਰੀ ਮੇਥੀ ਦਾ ਜ਼ਾਇਕਾ ਜਿਹੜਾ ਨਾ ਅੰਡੇ 'ਚ ਔਰ ਸਾਲਨ ਬਹੁਤ ਮਜ਼ੇਦਾਰ ਲੱਗਦਾ ਹੈ, ਗੋਭੀ ਦੇ ਵਿੱਚ ਹੋ ਗਿਆ ਔਰ ਗਾਜਰਾਂ ਹੋ ਗਈਆਂ, ਆਲੂ ਹੋ ਗਏ, ਨਮਕ, ਕਸੂਰੀ ਮੇਥੀ, ਲਾਲ ਮਿਰਚ ਦਾ ਪਾਊਡਰ ਔਰ ਗੜਾ ਮਿਰਚ, ਹਲਦੀ, ਕੁੱਟਿਆ ਧਨੀਆ, ਮਿਕਸ ਕਰਦੇ ਹਾਂ ਅਤੇ ਦੋ ਮਿੰਟ ਵਾਸਤੇ ਬਣਾਈ ਕਰਾਂਗੇ। ਪਾਣੀ ਦਾ ਛਿੱਟਾ ਲਿਆ ਕੇ ਲਾਵਾਂ ਉੱਧਰ ਪਾਣੀ ਮੈਂ। ਅੱਛਾ ਜੀ, ਮੈਂ ਹੁਣ ਚਿਕਨ ਜਿਹੜਾ ਫਰਾਈ ਕੀਤਾ ਸੀ ਉਹ ਪਾ ਦਵਾਂ, ਮਸਾਲੇ ਪਾ ਕੇ ਬੁਣਾਈ ਕਰ ਲਈ ਹੈ, ਤਕਰੀਬਨ 10 ਮਿੰਟ ਵਾਸਤੇ ਨਾ ਮੈਂ ਬੁਣਾਈ ਕਰੂੰਗੀ ਅਤੇ ਉਸ ਤੋਂ ਬਾਅਦ ਫਿਰ ਮੈਂ ਆਲੂ ਪਾਉਂਗੀ, ਉਸ ਤੋਂ ਬਾਅਦ ਫਿਰ ਬੁਣਾਈ ਕਰੂੰਗੀ। ਅਤੇ ਮੈਂ ਲੱਗੀ ਹਾਂ ਧਨੀਏ ਦੇ ਪੱਤੇ ਪੱਤੇ ਤੋੜਨ, ਇਹ ਜਿਹੜੇ ਸਹੀ ਸਹੀ ਪੱਤੇ ਆ, ਇਹ ਜਿਹੜੇ ਵਿੱਚ ਖਰਾਬ ਹੈ ਨਿਕਾਲ ਦਿੰਦੀ ਹਾਂ, ਇਹ ਕਟਿੰਗ ਕਰ ਲਵਾਂ, ਆਟਾ ਵੀ ਸੱਟ ਹੁੰਦਾ ਫਿਰ ਰੋਟੀ ਪਕਾਉਂਦੇ ਨਾਲ। ਅੱਛਾ ਜੀ, 7-8 ਮਿੰਟ ਵਾਸਤੇ ਬੁਣਾਈ ਕਰਕੇ ਮੈਂ ਨਾਲ ਲੱਗੀ ਹਾਂ ਆਲੂ ਪਾਉਣ, ਕਿਉਂਕਿ ਆਲੂ ਵੀ ਫਰਿੱਜ ਪਏ ਹੁੰਦੇ ਆ, ਇਹ ਵੀ ਸਖਤ ਹੋਏ ਹੁੰਦੇ ਆ, ਮਿਕਸ ਕਰਕੇ ਤਕਰੀਬਨ ਹੁਣ ਅਸੀਂ 10-12 ਮਿੰਟ ਵਾਸਤੇ ਬੁਣਾਈ ਕਰਾਂਗੇ, ਕਿਉਂਕਿ ਚਿਕਨ ਸਾਡਾ ਫਰਾਈ ਹੋਇਆ ਵਾ। ਇੱਕ ਦਾਲਚੀਨੀ ਦਾ ਪੀਸ ਪਾਉਣਾ, ਉਹ ਲੱਭ ਕੇ ਪਾ ਦਾਂ ਨਾਲ, ਮੈਂ ਮੋਟੀ ਇਲਾਚੀ ਅਤੇ ਦਾਲਚੀਨੀ, ਕਾਲੀ ਮਿਰਚ ਪਾਉਣੀ ਆ, ਲੇਕਿਨ ਜਦੋਂ ਪਾਣੀ ਪਾਉਣਾ ਉਹ ਤੋਂ 2-3 ਮਿੰਟ ਪਹਿਲੇ ਪਾਉਣੀ ਆ, ਫਿਰ ਨਾ ਕਲਰ ਬਲੈਕ ਨਹੀਂ ਹੁੰਦਾ, ਥੋੜ੍ਹੀ ਜਿਹੀ ਨਾ ਕਾਲੀ ਮਿਰਚ ਪਾ ਲਾਂ, ਥੋੜ੍ਹੀ ਜਿਹੀ ਬਸ, ਬਸ 2-3 ਮਿੰਟ ਵਾਸਤੇ ਬਣਾਈ ਕਰਨੀ, ਵੀ ਥੋੜ੍ਹਾ ਜਿਹਾ ਪਾਣੀ ਪਾ ਦੇਣਾ, ਹੋਰ ਤਾਂ ਮੈਂ ਪੱਤਾ ਪੱਤਾ ਤੋੜ ਲਿਆ, ਇਹਨੂੰ ਧੋ ਲਵਾਂ। ਅੱਛਾ ਜੀ, ਗਰਮੀ 'ਚ ਰੋਟੀ ਪਕਾਉਣੀ ਇੰਨੀ ਜ਼ਿਆਦਾ ਮੁਸ਼ਕਲ ਆ, ਬਸ ਬਸ ਹੋ ਜਾਂਦੀ ਹੈ ਬੰਦੇ ਦੀ, ਬਸ ਬਸ ਮੈਂ ਨਾ ਹੁਣ ਸ਼ਿਕੰਜਵੀ ਕਰਕੇ ਪੀਣ ਲੱਗੀ ਹਾਂ, ਹਾਲਤ ਬੜੀ ਖਰਾਬ ਆ, ਜੇ ਘਟਣ ਦਿਆ ਵਾ। ਧਨੀਆ ਧੋ ਕੇ ਰੱਖ ਲਿਆ, ਨਿੰਬੂ ਲੱਕ ਲੱਕ ਰਿਹਾ, ਨਿੰਬੂ ਨੂੰ ਚੋਲ ਨਹੀਂ, ਅਬਾਸ ਭਾਈ ਮੈਨੂੰ ਲੈ ਕੇ ਦੇ ਕੇ ਗਿਆ ਸੀ, ਇੰਨਾ ਰਸ ਇੱਕ ਪਾਣੀ 'ਚ ਨਿਕਲਿਆ, ਦੂਸਰਾ ਵੀ ਨਿਚੋੜ ਕੇ ਪਾਣੀ ਪਾ ਕੇ ਬਸ ਨਮਕ ਪਾ ਕੇ ਪੀਣਾ ਵਾ।
ये तो बनाई साड़ी हो गई है, पानी पाना, लेकिन मैं पहले पानी पीना चिकन की भी भुन भुन के ऑयल भी छोड़ दिता चिकन में और कलर भी चेंज हो गया। हम पानी थोड़ा जहा पाना वो देना ढक्कना गर्म मसाला फिर पानी नहीं पाना उतना ढक्कना दे दिए पानी चंगी तरह पका लीए लाइटा सारिया जलाने का ना अपने मज़ा आता। अच्छा जी मैं की लैन आई हाँ इन गर्मी में। अच्छा मैं लैन आई हाँ यदा दस पाना मैं झोला इन तो करना सैड से और क्डना थरमास एक मैं हम चटाई लैनी है एक छोटा कूलर लैना वा तो हस्पताल जाना हो बंदा सौखा रहा हम बच्चे हाँ बाजी दिया न्याणा वा वो फिर इन धो के रख दी ये प्यार बजते फिर मैं पैक कर दिनी होनी हूँ क्योंकि भाई फ्याज भाई असल में थरमास चाय पी के सारा दिन झूठियाँ लाते अली नहीं पीते मैं भी मतलब दो टाइम पीनी होंगी लाजमी ताज़ी बना के थरमास नहीं मैं पाते तो भाई फ्याज भाई असल में पाते थरमास मैं निकाल लिया वा तो इन अच्छी तरह धो के रखा भाभी आज का मैसेज आया मेरा मैं तेज़ पत्ती वाली जरा ना ज़्यादा थरमास नाल पका के भेजी मैं क्या चल ठीक है अच्छा जी
ਅਸੀਂ ਘਰ ਸੀਗੇ ਭਾਈ ਫਿਆਜ਼ ਇਕੱਲੇ ਰੋਟੀ ਲੈ ਕੇ ਆਏ ਸੀਗੇ ਅਤੇ ਮੈਂ ਅਤੇ ਅਲੀਤ ਭਾਜੀ ਮਨਵਰ ਹੁਣ ਭਾਜੀ ਮਨਵਰ ਸਾਨੂੰ ਛੱਡ ਕੇ ਗਿਆ ਸੀ ਬਾਅਦ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਸੀ ਈਵਨ ਲੱਗੀ ਸੀ ਐਕਸੀਜਨ ਜੀ ਅਤੇ ਹੁਣ ਮੇਰੀ ਬਾ ਠੀਕ ਆ ਹੁਣ ਮੈਂ ਅਤੇ ਅਲੀ ਆਏ ਹਾਂ ਅਤੇ ਭਾਬੀ ਤੁਸੀਂ ਰੋਟੀ ਖਾਓ ਫਿਕਰ ਕਿਉਂ ਕਰਦੇ ਰੋਟੀ ਛੱਡਿਆ ਮੈਂ ਆਪਣੀ ਧੀ ਦੀਆਂ ਲੱਤਾਂ ਘੁੱਟਣੀਆਂ ਫਿਰ ਇਹਨੂੰ ਮੈਂ ਯਖਣੀ ਵੀ ਡਾਕਟਰ ਨੂੰ ਪੁੱਛ ਕੇ ਬਣਾ ਕੇ ਦੇਣੀ ਆ ਇਹ ਮੇਰੀ ਸਿਆਣੀ ਧੀ ਆ ਅੱਛਾ ਜੀ ਸਾਨੂੰ ਭਾਜੀ ਨਵਰ ਛੱਡ ਕੇ ਗਿਆ ਵਾ ਜੀਬਾ ਦਾ ਸਾਹ ਉਲਟ ਗਿਆ ਸੀ ਆਕਸੀਜਨ ਲੱਗੀ ਰਹੀ ਫਿਰ ਅਸੀਂ ਮੇਰੀ ਨੇ ਉੱਧਰੋਂ ਫੋਨ ਕੀਤਾ ਮੈਂ ਰਾਓ ਫਸਟ ਹੋਸਪਿਟਲ ਪਹੁੰਚ ਉੱਥੇ ਹਰਸ਼ਾ ਪਈ ਉੱਥੇ ਜੇ ਬਈ ਤਾਰਾ ਤਾਂ ਬੱਚੇ ਘਰ ਆਵੇ ਕਹੀ ਭਾਅ ਸ਼ੋਰ ਨਹੀਂ ਕਰਨ ਦਿੰਦੀ ਖਾਣਾ ਖਾ ਲੈਣ ਤਕਰੀਬਨ ਮੈਂ ਦਵਾ ਰਹੀ ਹਾਂ ਦਵਾ ਕਰਿਓ ਮੇਰੀ ਭਤੀਜੀ ਦੇ ਅੱਲਾ ਪਾਕ ਨੂੰ ਤੰਦਰੁਸਤੀ ਦੇਵੇ ਅੱਲਾ ਪਾਕ ਸਾਡੀ ਜ਼ਿੰਦਗੀ ਵੀ ਇਹਨੂੰ ਲਾਵੇ ਅੱਲਾ ਤੰਦਰੁਸਤੀ ਦੇਵੇ ਅੱਲਾ ਪਾਕ ਕੁਛ ਨਾ ਹੋਵੇ ਬੱਚਿਆਂ ਨੂੰ ਅੱਲਾ ਹਾਫਿਜ਼।